ਸਰਕਾਰ ਨੂੰ ਆਪਣੇ ਕੰਮ ਕਰਨ ਦੀ ਨੀਂਦ ਤੋਂ ਜਾਗਣਾ ਚਾਹੀਦਾ। ਤੁਰੰਤ ਕਿਸਾਨਾਂ ਦੀ ਮੰਗ ਪ੍ਰਵਾਨ ਕਰਨੀ ਚਾਹੀਦੀ ਹੈ। ਤਿੰਨੇ ਜਿਹੜੇ ਕਾਨੂੰਨ ਹੈ ਇਹ ਵਾਪਸ ਹੋਣੇ ਚਾਹੀਦੇ ਆ। ਦੇਖੋ ਗੱਲ ਹੈ ਕਿ ਇਹਨਾਂ ਨੂੰ ਵਾਪਸ ਲੈ ਲੈਣੇ ਚਾਹੀਦੇ ਆ, ਇਹਨਾਂ ਨੂੰ ਅਖੀਰ 'ਤੇ ਲੈਣੇ ਪੈਣੇ। ਹੌਲੀ ਹੌਲੀ ਕਰਕੇ ਮੰਨਣਗੇ ਤਾਂ ਸਾਰਿਆਂ ਨੂੰ ਦੁਖੀ ਕਰਕੇ, ਨੁਕਸਾਨ ਕਰਕੇ, ਇਕਾਨਮੀ ਦਾ ਇੰਨਾ ਨੁਕਸਾਨ ਕਰਕੇ ਫਿਰ ਮੰਨਣਗੇ। ਕੇਂਦਰ ਸਰਕਾਰ ਤਾਨਾਸ਼ਾਹੀ ਤਰੀਕੇ ਦੇ ਨਾਲ ਕੰਮ ਕਰ ਰਹੀ, ਡਿਕਟੇਟਰਸ਼ਿਪ ਹੈ। ਕੋਈ ਜਿਹੜੀ ਪ੍ਰੋਸੈਸ ਆਫ ਕੰਸਲਟੇਸ਼ਨ ਹੈ ਉਹਨੂੰ ਅਡੋਪਟ ਹੀ ਨਹੀਂ ਕੀਤਾ ਗਿਆ ਕਿਸੇ ਸਟੇਟ। ਸ਼੍ਰੋਮਣੀ ਅਕਾਲੀ ਦਲ ਦੇ 100 ਸਾਲ ਪੂਰੇ ਹੋ ਗਏ, ਤੁਹਾਡਾ ਕੁਛ ਸੰਦੇਸ਼ ਕੁਛ ਕਹਿਣਾ ਚਾਹੋ? ਦੇਖੋ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਸਥਾਪਨਾ ਇਹ ਸ਼ੁਰੂ ਤੋਂ ਲੈ ਹੀ ਜਿਹੜੀ ਹੈਗੀ ਆ ਲੋਕਾਂ ਦੇ ਹਿੱਤਾਂ ਵਾਸਤੇ, ਪੰਥ ਦੀ ਚੜ੍ਹਦੀ ਕਲਾ ਵਾਸਤੇ ਔਰ ਜਿਹੜੀ ਪੰਜਾਬ ਦੇ ਪੰਜਾਬੀਅਤ ਦੇ ਹਿੱਕਾਂ ਵਾਸਤੇ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਵੱਡਾ ਸੰਘਰਸ਼ ਕੀਤਾ। ਆਜ਼ਾਦੀ ਤੋਂ ਪਹਿਲਾਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਕਰਕੇ ਗੁਰਦੁਆਰਿਆਂ ਦਾ ਡੈਮੋਕ੍ਰੈਟਿਕ ਕੰਟਰੋਲ ਸ਼੍ਰੋਮਣੀ ਅਕਾਲੀ ਦਲ ਨੇ ਸਥਾਪਿਤ ਕੀਤਾ। ਇਸੇ ਹੀ ਜਿਹੜੀ ਲਹਿਰ ਸੀ ਇਹਨੇ ਆਜ਼ਾਦੀ ਨੂੰ ਬਹੁਤ ਵੱਡਾ ਬੂਸਟ ਦਿੱਤਾ। ਇਸੇ ਹੀ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬੀ ਸੂਬੇ ਦੀ ਸਥਾਪਨਾ ਵਾਸਤੇ, ਉਸ ਤੋਂ ਬਾਅਦ ਪੰਜਾਬ ਦੇ ਪਾਣੀਆਂ ਵਾਸਤੇ ਕਪੂਰੀ 'ਚ ਮੋਰਚਾ ਲਾਇਆ। ਦੇਸ਼ ਦੀ ਐਮਰਜੈਂਸੀ ਵੇਲੇ ਜਦੋਂ ਕਾਂਗਰਸ ਨੇ ਲੋਕਾਂ ਦਾ ਗਲਾ ਘੁੱਟਣ ਦੀ, ਸੰਵਿਧਾਨ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ, ਉਹਦੇ ਖਿਲਾਫ਼ ਸੰਘਰਸ਼ ਕੀਤਾ। ਧਰਮਯੁੱਧ ਮੋਰਚਾ ਦੇ ਵਿੱਚ ਬਹੁਤ ਵੱਡਾ ਰੋਲ ਹੈ। ਇਸ ਕਰਕੇ ਬਹੁਤ ਵੱਡਾ ਇਤਿਹਾਸਿਕ ਰੋਲ ਹੈ ਔਰ ਖਾਸ ਤੌਰ 'ਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਜਿੰਨੀਆਂ ਸਰਕਾਰਾਂ ਬਣੀਆਂ, ਜਿਹੜਾ ਸਰਬ ਸਾਂਝੀ ਵਾਲਤਾ ਦਾ ਅਮਨ ਸ਼ਾਂਤੀ ਦਾ ਸੁਨੇਹਾ ਉਹਨਾਂ ਨੇ ਦਿੱਤਾ ਔਰ ਜਿਹੜੀ ਆਲ ਰਾਊਂਡ ਡਿਵੈਲਪਮੈਂਟ ਪੰਜਾਬ ਦੀ ਇਨਫਰਾਸਟਰਕਚਰ ਕ੍ਰੀਏਸ਼ਨ ਦੇ ਵਿੱਚ ਹਿਸਟੋਰਿਕ ਰੋਲ ਪਲੇ ਕੀਤਾ, ਅੱਜ 100 ਸਾਲ ਦੇ ਇਸ ਸਫ਼ਰ ਦੇ ਦੌਰਾਨ ਸਾਨੂੰ ਇਸ ਗੱਲ ਦੇ ਉੱਤੇ ਬਹੁਤ ਵੱਡਾ ਮਾਣ। ਅੱਛਾ ਜਿਵੇਂ ਸਰ, ਪਹਿਲੇ ਕਦੀ ਸ਼੍ਰੋਮਣੀ ਅਕਾਲੀ ਦਲ ਦੀਆਂ ਗਤੀਵਿਧੀਆਂ ਇੱਥੋਂ ਸ਼੍ਰੀ ਦਰਬਾਰ ਸਾਹਿਬ ਦੇ ਪਰਿਸਰ 'ਚ ਸੀਗਾ, ਆਫਿਸ ਹੁੰਦਾ ਸੀ, ਹੁਣ ਚੰਡੀਗੜ੍ਹ ਚਲਾ ਗਿਆ, ਕਿਤੇ ਨਹੀਂ ਲੱਗਦਾ ਵੀ ਇਹ ਦੁਬਾਰਾ ਇੱਥੇ ਸ਼ੁਰੂ ਕਰਨ ਦੀ ਕੋਈ ਹੈ ਉਮੀਦ ਦੀ? ਨਹੀਂ, ਹਮੇਸ਼ਾ ਹੀ ਸਾਡੀ ਸਥਾਪਨਾ ਇੱਥੇ ਹੋਈ ਹੈ। ਹਰ ਸਾਲ ਸਥਾਪਨਾ ਦਿਵਸ ਦੇ ਮੌਕੇ 'ਤੇ ਅਖੰਡ ਪਾਠ ਹੁੰਦੇ ਆ, ਧਾਰਮਿਕ ਪ੍ਰੋਗਰਾਮ ਹੁੰਦਾ, ਕਿਉਂਕਿ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਜਿਹਦੀ ਸਥਾਪਨਾ ਹੀ ਸਾਡੀ ਅਕਾਲ ਤਖਤ ਸਾਹਿਬ 'ਤੇ ਹੋਈ ਆ, ਅਤੇ ਇਹਨਾਂ ਦੋਨਾਂ ਚੀਜ਼ਾਂ ਨੂੰ ਕੋਈ ਅਲੱਗ ਨਹੀਂ ਕਰ ਸਕਦਾ। ਲੇਕਿਨ ਜਿਹੜੀ ਆ ਸੂਬੇ ਦੀ ਕੈਪੀਟਲ ਆ, ਇਸ ਕਰਕੇ ਉੱਥੇ ਵੀ ਆਫਿਸ ਹੋਣਾ ਜਿਹੜਾ ਜ਼ਰੂਰੀ ਸੀਗਾ, ਉੱਥੇ ਵੀ ਚੱਲਦਾ, ਅਤੇ ਇਸ ਕਰਕੇ ਜਦੋਂ ਸਾਡੀ ਅਸਲੀ ਜਿਹੜੀਆਂ ਰੂਟਸ ਆ ਉਹਦੇ ਨਾਲ ਜੁੜੇ ਰਹਿਣ ਵਾਸਤੇ ਇੱਥੇ ਵੀ ਪ੍ਰੋਗਰਾਮ ਹੁੰਦਾ। ਲਾਸਟ ਸਵਾਲ ਸੀ ਜਿਵੇਂ ਸਾਹਿਬ, ਜਿਵੇਂ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਮੋਰਚੇ ਲਾਉਂਦੀ ਰਹੀ ਹੈ, ਇੱਕ ਫਿਰ ਮੋਰਚਾ ਦਿੱਲੀ ਦੇ ਕਿਸਾਨਾਂ ਨੇ, ਪੰਜਾਬ ਦੇ ਕਿਸਾਨਾਂ ਨੇ ਲਾਇਆ, ਅਤੇ ਸ਼੍ਰੋਮਣੀ ਅਕਾਲੀ ਦਲ ਦਾ ਕੀ ਰੋਲ ਰਹੇਗਾ? ਦੇਖੋ, ਅਸੀਂ ਤਾਂ ਪਹਿਲੇ ਦਿਨ ਤੋਂ ਕਹਿ ਦਿੱਤਾ ਸੀ ਕਿ ਕਿਸਾਨਾਂ ਵਾਸਤੇ ਕੋਈ ਵੀ ਕੀਮਤ ਚੁਕਾਉਣੀ ਪਵੇ, ਕੁਰਬਾਨੀ ਦੇਣੀ ਪਵੇ, ਅਸੀਂ ਤਿਆਰ। ਸਭ ਤੋਂ ਪਹਿਲਾਂ ਪਾਰਲੀਮੈਂਟ ਦੇ ਵਿੱਚ ਅਸੀਂ ਵਿਰੋਧ ਕੀਤਾ, ਬੀਬਾ ਹਰਸਿਮਰਤ ਕੌਰ ਬਾਦਲ ਨੇ ਉੱਥੇ ਜਿਹੜਾ ਅਸਤੀਫਾ ਦਿੱਤਾ ਵਜ਼ਾਰਤ ਦੇ ਵਿੱਚੋਂ, ਔਰ ਉਸ ਤੋਂ ਬਾਅਦ ਤਿੰਨਾਂ ਤਖ਼ਤ ਸਾਹਿਬਾਨ ਤੋਂ ਵੱਡੇ ਮਾਰਚ ਕੱਢ ਕੇ ਲੱਖਾਂ ਦੀ ਗਿਣਤੀ ਦੇ ਵਿੱਚ ਸਾਡੇ ਵਰਕਰਾਂ ਨੇ, ਲੀਡਰਾਂ ਨੇ ਸੜਕਾਂ 'ਤੇ ਆ ਕੇ ਉਹਨਾਂ ਦਾ ਸਮਰਥਨ ਕੀਤਾ। ਅੱਜ ਵੀ ਅਸੀਂ 24 ਘੰਟੇ ਉਹਨਾਂ ਦੇ ਸਮਰਥਨ ਵਾਸਤੇ ਖੜ੍ਹੇ ਹਾਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਸੇਵਾ ਉਸ ਅੰਦੋਲਨ ਦੀ ਬੰਦੀ ਕਰ ਰਹੀ ਹੈ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰ ਰਹੀ ਹੈ, ਸਾਡੇ ਵਰਕਰ ਹਜ਼ਾਰਾਂ ਦੀ ਗਿਣਤੀ 'ਚ ਉੱਥੇ ਬੈਠੇ ਆ, ਇਸ ਕਰਕੇ ਹਰ ਪੱਖ ਤੋਂ ਅਸੀਂ ਉਹਨਾਂ ਦੇ ਨਾਲ। ਸਮੁੱਚੀ ਅਕਾਲੀ ਦਲ ਜਿਹੜੀ ਹੈ, ਉਹ ਕਦੀ ਜੇ ਜ਼ਰੂਰਤ ਪਏਗੀ ਤਾਂ ਉੱਥੇ ਜਾਣ ਨੂੰ ਤਿਆਰ ਹੈ? ਦੇਖੋ, ਅਸੀਂ ਤਾਂ 24 ਘੰਟੇ ਉਹਨਾਂ ਦੇ ਨਾਲ, ਹਰ ਤਰ੍ਹਾਂ ਦਾ ਸਮਰਥਨ ਉਹਨਾਂ ਦਾ ਕਰ ਰਹੇ ਅਸੀਂ। ਧੰਨਵਾਦ ਜੀ। ਇੱਥੇ ਦਲਜੀਤ ਸਿੰਘ ਚੀਮਾ, ਜਿਨਕਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਮੋਰਚੇ ਲਗਾਤੀ ਰਹੀ ਹੈ, 100 ਸਾਲ ਦਾ ਇਤਿਹਾਸ ਰਹਾ ਹੈ, ਜਹਾਂ ਕਭੀ ਜ਼ਰੂਰਤ ਪੜੀ ਹੈ ਮੋਰਚੇ ਲਗਾਏ ਹੈ, ਕਿਸਾਨੋਂ ਕੀ ਔਰ ਸੇ ਦਿੱਲੀ ਕੇ ਬਾਹਰ ਧਰਨਾ ਦਿਆ ਜਾ ਰਹਾ ਹੈ, ਕੇਂਦਰ ਸਰਕਾਰ ਜੋ ਮੰਨ ਨਹੀਂ ਰਹੀ ਹੈ, ਅਗਰ ਜ਼ਰੂਰਤ ਪੜੀ ਤੋ ਵਹਾਂ ਪਰ ਵੀ ਸ਼੍ਰੋਮਣੀ ਅਕਾਲੀ ਦਲ ਜਾਣੇ ਸੇ ਸੀਨੀਅਰ ਲੀਡਰਸ਼ਿਪ ਵੀ ਪਿੱਛੇ ਨਹੀਂ ਹਟੇਗੀ ਵਹਾਂ ਪਰ ਜਾਣੇ ਸੇ। ਯੇ ਪਹਿਲੇ ਪਾਰਲੀਮੈਂਟ ਛੋੜਾ, ਇਸੀ ਲਈ ਇਹਨੋਨੇ ਪਹਿਲੇ ਪਾਰਲੀਮੈਂਟ ਛੋੜਾ, ਅਬ ਵਹਾਂ ਪਰ ਵੀ ਹਜ਼ਾਰੋਂ ਕੀ ਸੰਖਿਆ ਮੇਂ ਇਨਕੇ ਜੋ ਵਰਕਰ ਗਏ ਹੋਏ ਹੈ, ਤਾਂ ਕਿ ਕਿਸਾਨੋਂ ਕੋ ਸਮਰਥਨ ਦਿਆ ਜਾ ਸਕੇ। ਕਿਸਾਨ ਯੇ ਕਹਤੇ ਹੈ ਜਬ ਤੱਕ ਕੇਂਦਰ ਸਰਕਾਰ ਕੀ ਔਰ ਸੇ ਕਾਨੂੰਨ ਰੱਦ ਨਹੀਂ ਕੀਏ ਜਾਏਂਗੇ, ਤਬ ਤੱਕ ਯੇ ਸੰਘਰਸ਼ ਚਲਤਾ ਰਹੇਗਾ, ਔਰ ਸ਼੍ਰੋਮਣੀ ਅਕਾਲੀ ਦਲ ਉਨਕੇ ਪੂਰੀ ਤਰ੍ਹਾਂ ਉਨਕੇ ਸਾਥ ਹੈ। ਅੰਮ੍ਰਿਤਸਰ ਸੇ D4 ਨਿਊਜ਼ ਕੇ ਲਿਏ ਦੀਪਕ ਭੰਡਾਰੀ ਕੀ ਖਾਸ ਰਿਪੋਰਟ।